ਵਧੀਆ ਕੰਮ ਹੋਇਆ ਡਰੱਗਸ ਪੱਧਰ 'ਤੇ। ਟੋਟਲ ਜਿਹੜੀਆਂ ਨੇ 109 ਐੱਫ ਆਈ ਆਰ ਦਰਜ ਹੋਈਆਂ ਪੰਜਾਬ ਦੇ ਵਿੱਚ, 141 ਜਿਹੜੇ ਦੋਸ਼ੀ ਫੜੇ ਗਏ, 22 ਕੇਸਿਸ ਜਿਹੜੇ ਨੇ ਕਮਰਸ਼ੀਅਲ ਕੁਆਂਟਿਟੀ ਦੇ ਦਰਜ ਹੋਏ ਆ, ਜਿਹਦੇ 'ਚ 31 ਵੱਡੇ ਸਮੱਗਲਰ ਜਿਹੜੇ ਅਰੈਸਟ ਕੀਤੇ ਗਏ ਆ। ਕਮਰਸ਼ੀਅਲ ਕੁਆਂਟਿਟੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਵੱਧ ਹੁਸ਼ਿਆਰਪੁਰ 'ਚ 5 ਐੱਫ ਆਈ ਆਰ ਦਰਜ ਹੋਈਆਂ, ਅੰਮ੍ਰਿਤਸਰ ਰੂਰਲ 'ਚ 3, ਤਰਨ ਤਾਰਨ 'ਚ 2 ਐੱਫ ਆਈ ਆਰ ਦਰਜ ਹੋਈਆਂ ਕਮਰਸ਼ੀਅਲ ਕੁਆਂਟਿਟੀ ਦੀਆਂ। ਰਿਕਵਰੀ ਜਿਹੜੀ ਆ ਹੈਰੋਇਨ ਦੀ, ਟੋਟਲ ਰਿਕਵਰੀ ਜਿਹੜੀ ਹੈ 19 ਕਿਲੋ ਤੋਂ ਉੱਪਰ ਹੈਰੋਇਨ ਦੀ ਰਿਕਵਰੀ ਹੋਈ ਹੈ, 8 ਕਿਲੋ ਓਪੀਐਮ ਦੀ ਰਿਕਵਰੀ ਹੋਈ ਹੈ, ਪੋਪੀ ਹਸਕ ਦੀ 2523 ਕਿਲੋ ਦੀ ਰਿਕਵਰੀ ਹੋਈ ਹੈ, 1,40,000 ਡਰੱਗ ਮਨੀ ਜਿਹੜਾ ਹੈ ਉਹ ਫੜਿਆ ਗਿਆ ਵਾ, 1,40,000, 18 ਵਹੀਕਲ ਰਿਕਵਰ ਕੀਤੇ ਆ। ਔਰ ਪੀਓਜ਼ 'ਤੇ ਇੱਕ ਆਪਣਾ ਸਪੈਸ਼ਲ ਕੈਂਪੇਨ ਚੱਲ ਰਿਹਾ, ਜਿਹਦੇ ਵਿੱਚ 6 ਪੀਓ ਜਿਹੜੇ ਇਸ ਹਫ਼ਤੇ ਅਰੈਸਟ ਕੀਤੇ ਆ। ਹੁਣ ਤੱਕ ਜਦੋਂ ਦਾ ਆਪਾਂ ਕੈਂਪੇਨ ਸ਼ੁਰੂ ਕੀਤਾ ਹੈ, ਟੋਟਲ 1260 ਜਿਹੜੇ ਪ੍ਰੋਕਲੇਮਡ ਓਫੈਂਡਰਸ ਆ NDPS ਐਕਟ ਦੇ ਤਹਿਤ, ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਦੂਸਰਾ ਫੋਕਸ ਜਿਹੜਾ ਆਪਣਾ ਹੈਗਾ, ਉਹ ਪ੍ਰੋਪਰਟੀ ਫੋਰ ਫੀਚਰ ਦੇ ਉੱਤੇ ਫੋਕਸ ਆ। ਹੁਣ ਤੱਕ ਜਿਹੜਾ ਟੋਟਲ 263 ਜਿਹੜੇ ਨੇ ਮੁਜਰਿਮ ਆ, ਵੱਡੇ ਜਿਹੜੇ ਸਮੱਗਲਰ ਆ, ਜਿਹਨਾਂ ਦੀ ਪ੍ਰੋਪਰਟੀ ਫੋਰਫਿਟ ਹੋਈ ਹੈ, 111 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰੋਪਰਟੀ ਆ ਫੋਰਫਿਟ ਹੋਈ ਹੈ, 9 ਕੇਸਿਸ ਪਾਈਪਲਾਈਨ 'ਚ ਆ ਜਿਹਦੇ 'ਚ 3 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਜਿਹੜੀ ਆ ਹੋਰ ਫੋਰਫਿਟ ਹੋਣ ਦੀ ਪੋਸੀਬਿਲਿਟੀ ਆ। ਸੋ 111 ਕਰੋੜ ਤੋਂ ਉੱਪਰ ਦੀ ਪ੍ਰੋਪਰਟੀ ਫੋਰਫਿਟ ਹੁਣ ਤੱਕ ਆਪਾਂ ਕਰ ਚੁੱਕੇ ਹਾਂ। ਤੀਸਰਾ ਫੋਕਸ ਸਾਡਾ ਹੈਗਾ ਪਿੱਟ NDPS ਐਕਟ ਦਾ, ਉਹਦੇ ਸਾਡੇ 84 ਪ੍ਰਪੋਜ਼ਲ ਚੱਲ ਰਹੇ ਆ, ਜਿਹਦੇ 'ਚ ਜਿਹੜੇ STF ਜਿਹੜਾ ਸਾਡਾ ਨੋਡਲ ਏਜੰਸੀ ਆ ਉਹਨੂੰ ਐਗਜ਼ਾਮਿਨ ਕਰਦੇ ਆ, ਉਹ ਸਾਰੇ ਪ੍ਰਪੋਜ਼ਲ ਐਗਜ਼ਾਮਿਨ ਕੀਤੇ ਜਾ ਰਹੇ ਆ, ਔਰ ਜਲਦੀ ਹੀ ਉਹਦੇ ਵਿੱਚ ਵੀ ਜੋ ਐਕਸ਼ਨੇਬਲ ਹੋਏਗਾ ਉਹ ਤੁਹਾਡੇ ਰੂਬਰੂ ਆਪਾਂ ਕਰਾਂਗੇ। ਸੋ ਇਸ ਹਫ਼ਤੇ ਦੇ ਦੌਰਾਨ, ਇਸ ਜਿਹੜਾ ਜਨਵਰੀ ਦੇ ਮਹੀਨੇ ਦੇ ਦੌਰਾਨ, 2 ਵੱਡੀਆਂ ਰਿਕਵਰੀਜ਼ ਹੋਈਆਂ। ਇੱਕ ਜਲੰਧਰ ਪੁਲਿਸ ਨੇ 4 ਜਨਵਰੀ ਨੂੰ 63 ਕਿਲੋ ਜਿਹੜੀ ਆ OPM ਦੀ ਰਿਕਵਰੀ ਕੀਤੀ ਆ, ਜਿਹਦੇ ਵਿੱਚ 4 ਦੋਸ਼ੀ ਫੜੇ ਗਏ ਸੀਗੇ। STF ਫਿਰੋਜ਼ਪੁਰ ਨੇ 7 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਆ। ਸੋ ਇਹ ਆਪਣਾ ਇਹ ਵਾਲਾ ਹੈਗਾ ਜਿਹੜਾ ਡਰੱਗਸ ਦੀ ਰਿਕਵਰੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ। ਦੂਸਰਾ ਸਾਡਾ ਜਿਹੜਾ ਲਾਸਟ ਈਅਰ ਆਪਾਂ ਕਾਫੀ ਇੱਥੇ ਐਫਰਟ ਕੀਤਾ ਸੀ, ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ 'ਚ ਆਪਾਂ ਸਫਲ ਵੀ ਹੋਏ, 64 ANDPS ਐਕਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ। ਸੋ 64 ANDPS ਐਕਟ ਦੇ ਤਹਿਤ ਜਿਹੜਾ ਕੋਈ ਸਮਾਲ ਕੁਆਂਟਿਟੀ ਦਾ ਜਾਂ ਜਿਹੜਾ ਕੰਜ਼ਿਊਮ ਕਰ ਰਿਹਾ ਹੁੰਦਾ ਹੈ, ਉਹ ਜੇ ਕੋਰਟ ਦੇ ਵਿੱਚ ਜਾ ਕੇ ਬਿਆਨ ਦੇਵੇ ਕਿ ਮੈਂ ਰੀਹੈਬਿਲੀਟੇਸ਼ਨ ਲਈ ਤਿਆਰ ਹਾਂ, ਤਾਂ ਉਹਨੂੰ ਪ੍ਰੋਸੀਕਿਊਸ਼ਨ ਫੇਸ ਨਹੀਂ ਕਰਨਾ ਪੈਂਦਾ ਉਸ ਤੋਂ ਬਾਅਦ 'ਚ। ਸੋ ਪਿਛਲੇ ਟਾਈਮ ਦੇ ਵਿੱਚ ਕਾਫੀ ਐਫਰਟ ਹੋਇਆ, ਹੁਣ ਤੱਕ ਆਪਾਂ 237 ਜਿਹੜੇ ਕੇਸਿਸ ਆ ਟੋਟਲ, ਜਿਹਦੇ ਵਿੱਚ ਜਿਹੜੇ ਛੋਟੀ ਕੁਆਂਟਿਟੀ ਵਾਲੇ ਜਾਂ ਕੰਜ਼ਿਊਮਰ ਸੀਗੇ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਰੀਹੈਬਿਲੀਟੇਟ ਕਰਾਵਾਂਗੇ, ਔਰ ਜਿਨ੍ਹਾਂ ਨੇ ਰੀਹੈਬਿਲੀਟੇਸ਼ਨ ਸਟਾਰਟ ਵੀ ਕਰ ਦਿੱਤੀ, ਜਿਹਦੇ ਵਿੱਚ 237 ਕੇਸਿਸ ਦੇ ਵਿੱਚ 282 ਅਕਿਊਜ਼ ਨੇ ਜਿਹੜੇ ਰੀਹੈਬਿਲੀਟੇਸ਼ਨ ਅੰਡਰਗੋ ਕਰ ਰਹੇ ਆ ਹੁਣ, ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ। ਇਹਦੇ ਵਿੱਚ ਸਭ ਤੋਂ ਵੱਧ ਜਿਹੜੇ ਹੋਏ ਆ ਉਹ ਬਠਿੰਡਾ ਦੇ ਵਿੱਚ ਆ 30, ਅੰਮ੍ਰਿਤਸਰ ਰੂਰਲ 'ਚ 20 ਆ, ਬਟਾਲਾ ਦੇ ਵਿੱਚ 18, ਪਟਿਆਲਾ ਦੇ ਵਿੱਚ 16, ਸੰਗਰੂਰ 'ਚ 16। ਸੋ ਇਸ ਤਰੀਕੇ ਨਾਲ ਹਰ ਜ਼ਿਲ੍ਹੇ ਵਿੱਚ ਔਨ ਐਨ ਐਵਰੇਜ 10 ਤੋਂ 10 ਪਲੱਸ ਦੇ ਆਸ ਪਾਸ ਕੇਸ ਹੈਗੇ ਆ। ਸੋ ਇਹਦੇ 'ਚ ਅਸੀਂ ਅਜੇ ਹੋਰ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਕੰਜ਼ਿਊਮਰ ਜਾਂ ਜਿਹੜੇ ਸਮਾਲ ਕੁਆਂਟਿਟੀ ਵਾਲੇ ਆ ਉਹਨਾਂ ਨੂੰ ਡੀਡਿਕਟ ਕਰਾ ਕੇ ਮੇਨ ਸਟ੍ਰੀਮ ਦੇ ਵਿੱਚ ਲਿਆਂਦਾ ਜਾਵੇ, ਤਾਂ ਜੋ ਜਿਹੜੀ ਆ ਡਿਮਾਂਡ ਵਾਲਾ ਪਾਰਟ ਆ ਉਹ ਵੀ ਇਨਫੋਰਸਮੈਂਟ ਤਾਂ ਆਪਾਂ ਕਰ ਹੀ ਰਹੇ ਹਾਂ ਇਫੈਕਟਿਵ, ਡਿਮਾਂਡ ਵਾਲਾ ਪਾਰਟ ਵੀ ਜਿਹੜਾ ਹੈ ਉਹਦੀ ਵੀ ਆਪਾਂ ਪ੍ਰੋਪਰਲੀ ਕੇਅਰ ਕਰ ਸਕੀਏ। ਤੀਸਰਾ ਸਾਡਾ ਫੋਕਸ ਹੈਗਾ ਡਿਸਪੋਜ਼ਲ ਆਫ ਡਰੱਗ ਦੇ ਉੱਤੇ। ਜਿਹੜੇ ਡਰੱਗਸ ਫੜੇ ਜਾਂਦੇ ਆ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਕਮੇਟੀਜ਼ ਬਣਦੀਆਂ, ਇੱਕ ਹਾਈ ਲੈਵਲ ਕਮੇਟੀ ਬਣਦੀ ਆ ਜਿਹੜੀ ਕਿ
SDF ਦੇ ਲੈਵਲ ਤੇ ਇੱਕ ਕਮੇਟੀ ਬਣਦੀ ਹੈ ਜਿਹੜੀ ਕਿ ਉਹਨਾਂ ਨੂੰ ਡਿਸਪੋਜ਼ ਆਫ ਕਰਦੀ ਹੈ। ਇੱਕ ਕਮੇਟੀ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਬਣਦੀ ਹੈ। ਸੋ ਪਿਛਲੇ 15 ਦਿਨਾਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਡਰੱਗ ਦਾ ਉਹ ਡਿਸਪੋਜ਼ ਆਫ ਕੀਤੇ ਗਏ, ਜਿਹਦੇ ਵਿੱਚ ਮੈਂ ਕੁਝ ਦੱਸਣਾ ਚਾਹਾਂਗਾ ਕਿ ਹੈਰੋਇਨ 523 ਕਿਲੋ 523 ਕੇਜੀ ਜਿਹੜੀ ਹੈਰੋਇਨ ਆ ਉਹ ਡਿਸਟਰੋਏ ਕੀਤੀ ਗਈ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ, ਜਿਹਦੇ ਵਿੱਚ ਸਭ ਤੋਂ ਵੱਧ ਕੁਆਲਿਟੀ SSOC ਅੰਮ੍ਰਿਤਸਰ ਦੀ ਸੀਗੀ 200 ਕਿਲੋ ਦੀ, 162 ਕਿਲੋ ਦੀ SSOC ਫਾਜ਼ਿਲਕਾ ਦੀ, 60 ਕਿਲੋ ਤਰਨ ਤਾਰਨ ਦੀ, ਕਰੀਬ 50 ਕਿਲੋ ਦੀ ਫਾਜ਼ਿਲਕਾ ਦੀ। ਸੋ 523 ਕਿਲੋ ਹੈਰੋਇਨ ਡਿਸਟਰੋਏ ਕੀਤੀ ਗਈ ਹੈ। 7992 ਕਿਲੋ ਜਿਹੜੀ ਆ ਪੋਪੀ ਹਸਕ ਜਿਹੜੀ ਆ ਉਹ ਡਿਸਟਰੋਏ ਕੀਤੀ ਗਈ ਹੈ। ਪਿਲਸ ਟੈਬਲੇਟ ਦੀ ਗੱਲ ਕਰਦੇ ਹਾਂ ਤਾਂ 17,57,980 ਯੂਨਿਟ ਜਿਹੜੇ ਆ ਉਹ ਮੈਡੀਕਲ ਡਰੱਗਸ ਦੇ ਜਿਹੜੇ ਆ ਉਹ ਡਿਸਟਰੋਏ ਕੀਤੇ ਗਏ ਆ। ਸੋ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਰਿਕਵਰੀ ਸਾਡੀਆਂ ਹੋਈਆਂ ਸੀ ਜਿਹੜੀਆਂ ਮਾਲਖਾਨੇ 'ਚ ਪਈਆਂ ਸੀ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਹੈ, ਔਰ ਫਿਊਚਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਇਹਨਾਂ ਨੂੰ ਜਿਹੜਾ ਵਾ ਇਹ ਪ੍ਰੋਸੈਸ ਜਿਹੜਾ ਵਾ ਇਹ ਸਾਡਾ ਆਨ ਰਹੇਗਾ। ਗੈਂਗਸਟਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਾਫੀ ਵੱਡੀ ਮਾਤਰਾ ਦੇ ਵਿੱਚ, ਜਿੱਦਾਂ ਆਪਾਂ ਲਾਸਟ ਈਅਰ ਦਾ ਵੀ ਦੱਸਿਆ ਸੀਗਾ, ਹੁਣ ਤੱਕ ਦਾ ਮੈਂ ਇੱਕ ਮੋਟੇ ਤੌਰ 'ਤੇ ਦੱਸਣਾ ਚਾਹਾਂਗਾ, ਹੁਣ ਤੱਕ 951 ਜਿਹੜੇ ਕ੍ਰਿਮੀਨਲਸ ਹਾਰਡਕੋਰ ਕ੍ਰਿਮੀਨਲਸ ਅਤੇ ਗੈਂਗਸਟਰ ਦਾ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਵੱਖ ਵੱਖ ਜ਼ਿਲ੍ਹਿਆਂ ਵੱਲੋਂ ਅਤੇ AGTF ਵੱਲੋਂ, ਜਿਹਦੇ 'ਚ 10 ਕ੍ਰਿਮੀਨਲ ਜਿਹੜੇ ਨਿਊਟਰਲਾਈਜ਼ ਹੋਏ ਆ, 312 ਜਿਹੜੇ ਨੇ ਮੋਡਿਊਲ ਬਸਟ ਕੀਤੇ ਆ AGTF ਅਤੇ ਬਾਕੀ ਜ਼ਿਲ੍ਹਿਆਂ ਦੇ ਕੋਆਰਡੀਨੇਸ਼ਨ ਦੇ ਨਾਲ, 963 ਵੈਪਨ ਰਿਕਵਰ ਹੋਏ ਆ। ਇਸ ਵੀਕ ਦੀ ਜਦੋਂ ਆਪਾਂ ਗੱਲ ਕਰਦੇ ਇਸ ਵੀਕ 'ਚ ਵੀ 4 ਹਾਰਡਕੋਰ ਕ੍ਰਿਮੀਨਲ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਔਰ 2 ਮੋਡਿਊਲਸ ਬਸਤ ਕੀਤੇ ਗਏ, 8 ਵੈਪਨ ਰਿਕਵਰ ਕੀਤੇ ਗਏ ਆ। ਇਸੇ ਤਰ੍ਹਾਂ ਪਿਛਲਾ ਹਫ਼ਤਾ ਜਿਹੜਾ ਸੀਗਾ ਉਹਦੇ ਵਿੱਚ ਡਰੋਨਸ ਜਿਹੜਾ ਲਾਸਟ ਜਿਹੜਾ ਮਹੀਨਾ ਸੀਗਾ ਉਹਦੇ ਵਿੱਚ ਕਾਫੀ ਡਰੋਨ ਜਿਹੜੇ 6 ਡਰੋਨ ਉਹਦੇ ਵਿੱਚ ਰਿਕਵਰ ਕੀਤੇ ਗਏ ਆ, ਜਿਹਦੇ 'ਚ 14 ਕਿਲੋ ਹੈਰੋਇਨ ਅਤੇ ਕੁਛ ਵੈਪਨ ਵੀ ਰਿਕਵਰ ਕੀਤੇ ਗਏ ਆ। ਸੋ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਐਕਸ਼ਨ ਕੀਤਾ ਗਿਆ ਹੈ ਡਰੱਗਸ ਦੇ ਖਿਲਾਫ, ਗੈਂਗਸਟਰ ਦੇ ਖਿਲਾਫ, ਟੈਰਰਿਸਟ ਦੇ ਖਿਲਾਫ। ਦੂਸਰਾ ਜਿਹੜਾ ਮੈਂ ਹਾਈਲਾਈਟ ਕਰਨਾ ਚਾਹਾਂਗਾ ਕਿ 26 ਜਨਵਰੀ ਜਿਸ ਤਰ੍ਹਾਂ ਆਉਣ ਵਾਲੀ ਹੈ, 26 ਜਨਵਰੀ ਦੇ ਸੰਬੰਧ ਦੇ ਵਿੱਚ ਜਿਹੜੇ ਸਾਡੇ ਸਪੈਸ਼ਲ DGP ਲਾਅ ਐਂਡ ਆਰਡਰ ਨੇ ਉਹ ਨੋਡਲ ਆਫਿਸਰ ਨੇ ਫੋਰ ਕੋਆਰਡੀਨੇਸ਼ਨ ਐਂਡ ਫੋਰ ਆਲ ਸਿਕਿਉਰਿਟੀ ਅਰੇਂਜਮੈਂਟਸ, ਤੋਂ ਬੜੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਸਾਰੇ ਜ਼ਿਲ੍ਹਿਆਂ ਦੇ ਵਿੱਚ। ਸਪੈਸ਼ਲ DGP ADGP IG DIG ਲੈਵਲ ਦੇ ਆਫਿਸਰਸ, ਜਿੱਦਾਂ ਦਰਜਾ ਬੇਦਰਜਾ ਵੱਡੇ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ DGP ਲੈਵਲ ਦੇ ਆਫਿਸਰਸ ਨੂੰ ਸੁਪਰਵੀਜ਼ਨ ਦਿੱਤੀ ਗਈ ਹੈ, ਉਸ ਤੋਂ ਛੋਟੇ ਜ਼ਿਲ੍ਹਿਆਂ ਦੇ ਵਿੱਚ ADGP ਲੈਵਲ ਦੇ, ਫਿਰ IG ਲੈਵਲ ਦੇ ਆਫਿਸਰਸ, DIG ਲੈਵਲ ਦੇ ਆਫਿਸਰਸ, ਉਹ ਸਾਰੇ ਅਰੇਂਜਮੈਂਟਸ ਦੇਖ ਰਹੇ ਆ। ਔਰ ਕਰੀਬ 65% ਫੋਰਸ ਜਿਹੜੀ ਆ ਡਿਸਟ੍ਰਿਕਟ ਦੀ 65% ਦੇ ਆਸ ਪਾਸ ਦੀ ਫੋਰਸ ਮੋਬਿਲਾਈਜ਼ ਕੀਤੀ ਗਈ ਹੈ ਸਪੈਸ਼ਲੀ ਫੋਰ ਸਿਕਿਉਰਿਟੀ ਅਰੇਂਜਮੈਂਟਸ, ਤੋਂ ਇਹ ਕਰੀਬ 20,000 ਤੋਂ ਉੱਪਰ ਦੀ ਫੋਰਸ ਬਣਦੀ ਹੈ ਜਿਹੜੀ ਸਿਰਫ 26 ਜਨਵਰੀ 'ਤੇ ਸਿਕਿਉਰਿਟੀ ਅਰੇਂਜਮੈਂਟਸ ਕਰੇਗੀ। ਇੰਟਰ ਸਟੇਟ ਇੰਟਰ ਡਿਸਟ੍ਰਿਕਟ ਸਿਟੀ ਸੀਲਿੰਗ ਨਾਕਾਸ ਪਲੈਨ ਕੀਤੇ ਗਏ ਆ ਜਿਹੜੇ ਕਿ ਆਲਰੇਡੀ ਚੱਲ ਰਹੇ ਆ ਸਾਡੇ। ਇਸੇ ਤਰ੍ਹਾਂ ਜਿਹੜੀ ਆ ਕਈ ਹੋਰ ਪ੍ਰਬੰਧ ਕੀਤੇ ਗਏ, ਜਿੱਦਾਂ ਥਰੈਟਨਡ ਜਿਹੜੇ ਬੰਦੇ ਆ ਉਹਨਾਂ ਦੀ ਟਾਰਗੇਟ ਹਾਰਡਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਘਟਨਾ ਜਿਹੜੀ ਆ ਉਹ ਨਾ ਵਾਪਰਨ ਦਿੱਤੀ ਜਾਵੇ ਸਟੇਟ ਦੇ ਵਿੱਚ। ਵਲਨਰੇਬਲ ਪਲੇਸਿਸ ਜਿਹਦੇ ਵਿੱਚ ਮਾਰਕੀਟਸ, ਰਿਲੀਜੀਅਸ ਪਲੇਸਿਸ ਆ, ਉਹਨਾਂ ਦੀ ਲਗਾਤਾਰ ਚੈਕਿੰਗ ਚੱਲ ਰਹੀ ਆ। ਕੋਰਡਨ ਸਰਚ ਓਪਰੇਸ਼ਨ ਜਿਹੜੇ ਨੇ ਰੇਲਵੇ ਸਟੇਸ਼ਨ 'ਤੇ, ਬੱਸ ਸਟੈਂਡਸ 'ਤੇ, ਉਹ ਲਗਾਤਾਰ ਸਾਡੇ ਚੱਲ ਰਹੇ ਆ। ਇਸੇ ਤਰ੍ਹਾਂ ਜਿਹੜੀਆਂ ਬਿਲਡਿੰਗਸ ਆ, ਗਵਰਨਮੈਂਟ ਬਿਲਡਿੰਗਸ, ਵਾਈਟਲ ਇੰਸਟੋਲੇਸ਼ਨ, ਉਹਨਾਂ ਲਈ ਅਲੱਗ ਤੋਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਆ। ਹੋਟਲ ਸਰਾਵਾਂ ਦੀ ਚੈਕਿੰਗ ਚੱਲ ਰਹੀ ਆ। ਔਰ ਦੂਸਰਾ ਜਿਹੜਾ ਫੋਕਸ ਆ ਸਾਡਾ ਕਿ ਸੈਕਿੰਡ ਲਾਈਨ ਆਫ ਡਿਫੈਂਸ ਜਿਹੜੀ ਆ ਜਿਹਦੇ ਵਿੱਚ ਬਾਰਡਰ ਏਰੀਆਜ਼ ਆਉਂਦੇ ਆ, ਉੱਥੇ ਸਪੈਸ਼ਲ ਜਿਹੜੇ ਉਹਨਾਂ ਦੇ ਜਿਹੜੇ ਰੇਂਜ ਦੇ ਇੰਚਾਰਜਿਸ ਨੇ,
ਡੀਆਈਜੀ ਲੈਵਲ ਦੇ ਆਫੀਸਰਸ ਨੇ, ਉਹਨਾਂ ਨੂੰ ਪਲੱਸ ਹੈੱਡਕੁਆਰਟਰ ਤੋਂ ਆਫੀਸਰ ਜਿਹੜੇ ਨੋਮੀਨੇਟ ਕੀਤੇ ਗਏ ਆ, ਜਿਹੜੇ ਉਹਦੇ ਪ੍ਰਬੰਧ ਚੈੱਕ ਵੀ ਕਰਨਗੇ ਔਰ ਉਹਨਾਂ ਨੂੰ ਹੋਰ ਸਟਰੈਂਥਨ ਕਰਾਉਣਗੇ, ਤਾਂ ਜੋ ਕੋਈ ਵੀ ਕ੍ਰੋਸ ਬਾਰਡਰ ਜਿਹੜੀ ਆ ਕੋਈ ਐਕਟੀਵਿਟੀ ਆ ਉਹਨੂੰ ਵੀ ਪੂਰੀ ਤਰ੍ਹਾਂ ਪ੍ਰਿਵੈਂਟ ਕੀਤਾ ਜਾਵੇ, ਤਾਂ ਜੋ ਕੋਈ ਅਨਸੁਖਾਵੀਂ ਘਟਨਾ ਨਾ ਵਾਪਰੇ। ਕਿਉਂਕਿ ਪੰਜਾਬ ਦਾ 553 ਕਿਲੋਮੀਟਰ ਦਾ ਜਿਹੜਾ ਬਾਰਡਰ ਆ ਉਹ ਇੰਟਰਨੈਸ਼ਨਲ ਬਾਰਡਰ ਆ, ਤਾਂ ਉਹਦੇ 'ਤੇ ਫਸਟ ਲਾਈਨ ਆਫ ਡਿਫੈਂਸ ਜਿਹੜੀ ਆ ਉਹ BSF ਦੀ ਹੈ, ਸੈਕਿੰਡ ਲਾਈਨ ਆਫ ਡਿਫੈਂਸ ਪੰਜਾਬ ਪੁਲਿਸ ਦੀ ਹੈ। ਸੋ ਉਹਨੂੰ ਵੀ ਹੋਰ ਸਟਰੈਂਥਨ ਕੀਤਾ ਗਿਆ ਔਰ ਉਹਦੀ ਪ੍ਰੋਪਰ ਚੈਕਿੰਗ ਜਿਹੜੀ ਆ ਉਹ ਚੱਲ ਰਹੀ ਆ। ਇਸੇ ਤਰ੍ਹਾਂ ਵਹੀਕਲ ਚੈਕਿੰਗ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ, ਸਪੈਸ਼ਲ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਜਿਹੜੀਆਂ ਨੇ ਉਹ ਪੰਜਾਬ 'ਚ ਚਲਾਈਆਂ ਗਈਆਂ। ਸੋ 26 ਜਨਵਰੀ ਵਾਸਤੇ ਜਿੱਦਾਂ ਸਾਡਾ ਸਟੇਟ ਲੈਵਲ ਦਾ ਫੰਕਸ਼ਨ ਜਿਹੜਾ ਉਹਦੇ ਵਾਸਤੇ ਵੀ, ਜਿੱਥੇ ਮਾਨਯੋਗ CM ਸਾਹਿਬ ਨੇ ਜਾਣਾ ਉਸ ਫੰਕਸ਼ਨ 'ਤੇ ਵੀ ਬਹੁਤ ਪੁਖਤਾ ਪ੍ਰਬੰਧ ਜਿਹੜੇ ਆ ਕੀਤੇ ਗਏ। ਬਾਕੀ ਸਾਰੇ ਜਿਹੜੇ ਵੱਡੇ ਸਿਟੀਜ਼ ਡਿਸਟ੍ਰਿਕਟਸ ਆ ਉੱਥੇ ਵੀ ਜਿੱਦਾਂ ਜਿੱਦਾਂ ਜ਼ਰੂਰਤ ਆ ਉਸ ਮੁਤਾਬਕ ਜਿਹੜੇ ਨੇ ਪ੍ਰਬੰਧ ਕੀਤੇ ਗਏ ਆ। ਥੈਂਕ ਯੂ ਸੋ ਮਚ। ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ ਸਾਡੇ ਇੱਕ ਤਾਂ ਸਪੈਸ਼ਲ DG ਲਾਅ ਐਂਡ ਆਰਡਰ ਉਹ ਨੋਡਲ ਆਫਿਸਰ ਨੇ ਫੋਰ ਸਟੇਟ ਆਫ ਪੰਜਾਬ ਅਰੇਂਜਮੈਂਟ ਵਾਸਤੇ, ਔਰ ਉਹਨਾਂ ਦੀ ਸਾਰੇ ਜਿਹੜੇ ਸਾਡੀਆਂ ਬਾਰਡਰ ਸਟੇਟਸ ਨੇ, ਚਾਹੇ ਰਾਜਸਥਾਨ ਹੋਵੇ, ਹਰਿਆਣਾ ਹੋਵੇ, ਦਿੱਲੀ ਬਿਲਕੁਲ ਟੱਚ ਨਹੀਂ ਕਰਦੀ ਪਰ ਦਿੱਲੀ ਬਹੁਤ ਇੰਪੋਰਟੈਂਟ ਆ ਫਰੋਮ ਆਰ ਪੁਆਇੰਟ ਆਫ ਵਿਊ, ਉਹਨਾਂ ਸਾਰਿਆਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲ ਵੀ ਟੱਚ 'ਚ ਨੇ। ਕੋਆਰਡੀਨੇਸ਼ਨ ਮੀਟਿੰਗਸ ਜਿਹੜੀਆਂ ਨੇ ਰੇਂਜ ਲੈਵਲ 'ਤੇ ਵੀ, ਡਿਸਟ੍ਰਿਕਟ ਲੈਵਲ 'ਤੇ ਵੀ, ਇਨਫੋਰਮਲ ਮੀਟਿੰਗਸ ਵੀ ਸਾਡੀਆਂ ਚੱਲ ਰਹੀਆਂ। ਇਸੇ ਤਰ੍ਹਾਂ ਜਿੱਦਾਂ ਮੈਂ ਦੱਸਿਆ ਸੈਕਿੰਡ ਲਾਈਨ ਆਫ ਡਿਫੈਂਸ ਨੂੰ ਅਸੀਂ ਸਟਰੈਂਥਨ ਕੀਤਾ ਹੈ, ਸੋ BSF ਦੇ ਨਾਲ ਵੀ ਬਾਕੀ ਏਜੰਸੀਜ਼ ਦੇ ਨਾਲ ਵੀ ਬਹੁਤ ਵਧੀਆ ਕੋਆਰਡੀਨੇਸ਼ਨ ਚੱਲ ਰਿਹਾ ਔਰ ਲਗਾਤਾਰ ਅਸੀਂ ਟੱਚ 'ਚ ਉਹਨਾਂ ਦੇ ਪੂਰੀ ਤਰ੍ਹਾਂ। ਉਹਦੇ ਵਿੱਚ ਇੱਕ ਕਮੇਟੀ ਬਣੀ ਹੈ, ਉਹ ਕਮੇਟੀ ਆਲਮੋਸਟ ਪ੍ਰਪੋਜ਼ਲ ਫਾਈਨਲਾਈਜ਼ ਕਰ ਚੁੱਕੀ ਹੈ, ਕਰੀਬ 2100 ਤੋਂ ਉੱਪਰ ਜਿਹੜੇ ਕੈਮਰਾਜ਼ ਲੱਗਣੇ ਆ ਬਾਰਡਰ ਏਰੀਆਜ਼ ਦੇ ਵਿੱਚ। ਉਹਦੇ 'ਚ ADGP ਲੈਵਲ ਦੇ ਆਫਿਸਰ ਆ ਜਿਹੜੇ ਹੈੱਡ ਕਰ ਰਹੇ ਆ, ਸਪੈਸ਼ਲ DG ਲਾਅ ਐਂਡ ਆਰਡਰ ਓਵਰਆਲ ਉਹਦੇ ਹੈੱਡ ਨੇ ਕਮੇਟੀ ਦੇ, ਫਰਦਰ ADGP ਲੈਵਲ ਦੇ ਆਫਿਸਰ ਨੇ, ਇੱਕ DIG ਲੈਵਲ ਦੇ ਆਫਿਸਰ ਨੇ। ਤਾਂ ਮੈਨੂੰ ਲੱਗਦਾ ਜਲਦੀ ਉਹ ਫਾਈਨਲਾਈਜ਼ ਹੋ ਜਾਏਗਾ ਪ੍ਰਪੋਜ਼ਲ। ਇਹ ਮੇਰਾ ਟੌਪਿਕ ਨਹੀਂ ਹੈਗਾ, ਮੈਂ ਪੰਜਾਬ ਪੁਲਿਸ ਦੇ ਬਿਹਾਫ ਤੇ ਜੇ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ। ਨਹੀਂ, ਸਾਡਾ ਸਾਰੀਆਂ ਏਜੰਸੀਜ਼ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਹੈ ਜੀ, ਥਰੂ ਆਊਟ ਮਤਲਬ ਇੰਡੀਆ ਦੇ ਵਿੱਚ ਹੀ, ਬਾਕੀ ਸਟੇਟਸ ਨਾਲ ਵੀ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ। ਸਰ, ਵੱਖ-ਵੱਖ ਜ਼ਿਲ੍ਹਿਆਂ ਦੇ ਨਾਈਟ ਪੈਟਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਕਦਮ ਹੈ, ਕਿਉਂਕਿ ਮੋਸਟਲੀ ਦੇਖਿਆ ਗਿਆ ਹੈ। ਦੇਖੋ, ਜਿਹੜੇ ਸਾਡੇ ਆਫੀਸਰ, ਜਿੱਦਾਂ ਮੈਂ ਦੱਸਿਆ ਨਾ ਕਿ ਤੁਹਾਨੂੰ ਅਸੀਂ ਆਫੀਸਰ ਡੈਜੀਗਨੇਟ ਕੀਤੇ ਆ ਫੋਰ ਈਚ ਡਿਸਟ੍ਰਿਕਟ, ਜਿਨ੍ਹਾਂ ਨੇ 26 ਜਨਵਰੀ ਦੇ ਪ੍ਰਬੰਧ ਕਰਾਉਣੇ ਆ, ਉਹਦੇ ਵਿੱਚ ਉਹ ਆਫੀਸਰ ਅੱਜ ਤੋਂ ਹੀ ਉਹਨਾਂ ਨੂੰ ਉੱਥੇ ਸਟੇਸ਼ਨ ਕਰਾ ਦਿੱਤਾ ਗਿਆ ਵਾ। ਜਿਸ ਤਰ੍ਹਾਂ ਕਿਸੇ ਜ਼ਿਲ੍ਹੇ ਦੇ ਵਿੱਚ ਸਪੈਸ਼ਲ DG ਲੈਵਲ ਦੇ ਆਫੀਸਰਸ ਆ, ਕਿਸੇ ਜ਼ਿਲ੍ਹੇ ਵਿੱਚ IG ਲੈਵਲ ਦੇ ਆਫੀਸਰਸ ਆ, ਤਾਂ ਉੱਥੇ ਸਟੇਸ਼ਨ ਰਹਿਣਗੇ ਨਾਈਟ ਡੋਮੀਨੇਸ਼ਨ ਥਰੂ ਆਊਟ। ਇੱਕ ਕੱਲ੍ਹ ਫੁੱਲ ਡਰੈਸ ਰਿਹਰਸਲ ਹੋਏਗੀ, ਸਿਕਿਉਰਿਟੀ ਰਿਹਰਸਲ ਹੋਏਗੀ ਕੱਲ੍ਹ 26 ਜਨਵਰੀ ਦੇ ਸੰਬੰਧ 'ਚ, ਪਰਸੋਂ ਵੀ ਸਿਕਿਉਰਿਟੀ ਦੇ ਜਿਹੜੇ ਅਰੇਂਜਮੈਂਟਸ ਆ ਉਹ ਰਿਵਿਊ ਕੀਤੇ ਜਾਣਗੇ। ਸੋ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਨਾਈਟ ਡੋਮੀਨੇਸ਼ਨ ਦੇ ਵਿੱਚ, ਇਹਦਾ ਸਾਡਾ ਇੱਕ ਮੇਨ ਬੇਸਿਕ ਪ੍ਰਿੰਸੀਪਲ ਹੁੰਦਾ ਹੈ ਕਿ ਕਮ ਸੇ ਕਮ 1/3 ਫੋਰਸ ਬਾਹਰ ਰਹੇ ਇਹਨਾਂ ਦਿਨਾਂ ਦੇ ਵਿੱਚ, ਔਰ ਗਜ਼ਟਡ ਆਫੀਸਰਸ ਵੀ ਰੋਟੇਸ਼ਨ 'ਤੇ, ਜਿਨ੍ਹਾਂ ਨੇ ਰੈਸਟ ਕਰਨੀ ਹੈ ਜਾਂ ਜਿਨ੍ਹਾਂ ਦਾ ਜ਼ਿਆਦਾ ਡਿਊਟੀ ਹੋ ਗਈ, ਅਦਰਵਾਈਜ਼ ਉਹ ਵੀ ਬਾਹਰ ਹੀ ਰਹਿੰਦੇ ਆ ਮੋਸਟਲੀ। ਸੋ 26 ਜਨਵਰੀ ਜਦੋਂ ਤੱਕ ਪੀਸਫੁੱਲੀ ਸਾਰੇ ਫੰਕਸ਼ਨ ਸਮਾਪਤ ਨਹੀਂ ਹੋ ਜਾਂਦੇ, ਉਦੋਂ ਤੱਕ ਪੂਰੇ ਹਾਈ ਅਲਰਟ 'ਤੇ ਰੱਖੀ ਹੋਈ ਹੈ ਪੁਲਿਸ। ਸਾਰੇ ਜਿਹੜੇ ਦੇਖੋ
ਸਾਡੇ ਜਿਹੜਾ ਜਿੱਦਾਂ ਮੈਂ ਦੱਸਿਆ ਦੋ ਵੱਡੇ ਫੰਕਸ਼ਨ ਆ, ਜਿਹਦੇ ਵਿੱਚ ਇੱਕ ਸਟੇਟ ਲੈਵਲ ਦਾ ਫੰਕਸ਼ਨ ਆ ਜਿੱਥੇ ਆਨਰੇਬਲ ਗਵਰਨਰ ਸਾਹਿਬ ਜਾ ਰਹੇ ਆ, ਦੂਸਰਾ ਫੰਕਸ਼ਨ ਆ ਜਿੱਥੇ ਆਨਰੇਬਲ CM ਸਾਹਿਬ ਜਾ ਰਹੇ ਆ। ਉਹਨਾਂ 'ਤੇ ਜਿਸ ਤਰ੍ਹਾਂ ਦਾ ਅਰੇਂਜਮੈਂਟ ਚਾਹੀਦਾ ਉੱਦਾਂ ਦਾ ਕੀਤਾ ਗਿਆ। ਕਿਸੇ ਵੀ ਤਰ੍ਹਾਂ ਦੇ ਥਰੈਟ ਜਿਹੜੇ ਕਿਸੇ ਵੱਲੋਂ ਵੀ ਜਾਂ ਕਿਸੇ ਤਰ੍ਹਾਂ ਦੇ ਇਨਪੁੱਟਸ ਆ, ਕਿਸੇ ਤਰ੍ਹਾਂ ਦੇ ਕੋਈ ਹੋਰ ਇਨਪੁੱਟਸ ਆ, ਉਹਨਾਂ ਦੇ ਮੱਦੇਨਜ਼ਰ ਹੀ ਸਾਰੇ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ। ਨਹੀਂ ਉਹ ਨਾ ਸਾਡੇ ਐਕਚੁਲੀ ਉਹਦੇ 'ਚ ਪਹਿਲਾਂ ਪ੍ਰਪੋਜ਼ਲ ਬਣਦਾ, ਜਿੱਦਾਂ ਪਿੱਟ NDPS ਐਕਟ ਦੀ ਆਪਾਂ ਗੱਲ ਕਰਦੇ ਹਾਂ, ਜਿੱਦਾਂ ਸਾਡੇ 84 ਪ੍ਰਪੋਜ਼ਲ ਪਿੱਟ NDPS ਐਕਟ ਦੇ ਹੈਗੇ ਆ, ਉਸ 'ਤੇ ਟਾਈਮ ਲੱਗਦਾ ਹੈ ਥੋੜ੍ਹਾ, ਰਿਕਾਰਡ ਬਿਲਡਿੰਗ ਅਤੇ ਪਲੱਸ ਇੱਕ ਪ੍ਰੋਸੀਜਰ ਫੋਲੋ ਕਰਨਾ ਹੁੰਦਾ। ਸੋ ਉਹ ਲਿਸਟ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਉਹਦੇ 'ਤੇ STF ਆਲਰੇਡੀ ਲੱਗੀ ਹੋਈ ਹੈ, ਬਹੁਤ ਸਾਰੇ ਇਹਦੇ ਵਿੱਚ ਹੀ ਹੈ। ਜਿਹੜੇ ਮੈਂ 84 ਦੀ ਗੱਲ ਕੀਤੀ ਉਹਦੇ ਵਿੱਚ ਬਹੁਤ ਸਾਰੇ ਜਿਹੜੀ ਲਿਸਟ ਸਾਡੇ ਨਾਲ ਸ਼ੇਅਰ ਕੀਤੀ ਉਹਦੇ ਵਿੱਚ ਉਹ ਹੈਗੇ ਆ ਕਾਫੀ ਸਾਰੇ। January 26 ਕੋ ਲੇਕਰ ਹਮਾਰੇ ਦੋ ਜਗ੍ਹਾ ਪੇ ਮੇਨ ਫੰਕਸ਼ਨ ਹੈ, ਇੱਕ ਸਟੇਟ ਲੈਵਲ ਕਾ ਫੰਕਸ਼ਨ ਹੈ ਜਹਾਂ ਪੇ ਆਨਰੇਬਲ ਗਵਰਨਰ ਸਾਹਿਬ ਜਾ ਰਹੇ, ਦੂਸਰੇ ਫੰਕਸ਼ਨ ਪੇ ਆਨਰੇਬਲ CM ਸਾਹਿਬ ਜਾ ਰਹੇ। ਤੋ ਸਾਰੇ ਡਿਸਟ੍ਰਿਕਟਸ ਮੇ ਹਮਾਰੀ ਤਰਫ ਸੇ ਸੀਨੀਅਰ ਆਫਿਸਰਸ ਨੋਮੀਨੇਟ ਕੀਏ ਗਏ, ਜਿਸਮੇ ਸਪੈਸ਼ਲ DGP ਲੈਵਲ ਕੇ ਆਫਿਸਰਸ, ADGP ਲੈਵਲ ਕੇ ਆਫਿਸਰਸ, IG ਲੈਵਲ ਕੇ ਆਫਿਸਰਸ, DIG ਲੈਵਲ ਕੇ ਆਫਿਸਰਸ, ਜੋ ਡਿਸਟ੍ਰਿਕਟ ਕੇ ਪ੍ਰੀ ਔਰ ਉਸ ਦਿਨ ਕੇ ਅਰੇਂਜਮੈਂਟਸ ਜੋ ਹੈ ਉਸਕੋ ਸੁਪਰਵਾਈਜ਼ ਕਰ ਰਹੇ। ਤਕਰੀਬਨ 65% ਜੋ ਡਿਸਟ੍ਰਿਕਟ ਕੀ ਫੋਰਸ ਹੈ ਉਸਕੋ ਮੋਬਿਲਾਈਜ਼ ਕੀਆ ਗਿਆ ਹੈ, ਜੋ 20,000 ਸੇ ਉੱਪਰ ਕੀ ਫੋਰਸ ਹੈ ਜੋ ਸਿਕਿਉਰਿਟੀ ਅਰੇਂਜਮੈਂਟਸ ਮੇ ਤੈਨਾਤ ਹੋ ਗਈ ਉਸ ਦਿਨ। ਇਸਮੇ ਹਮਾਰੇ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਸਿਟੀ ਸੀਲਿੰਗ ਪਲੈਨਸ ਨਾਕਾਜ਼ ਉਹ ਸਾਰੇ ਲਗਾਏ ਜਾਏਗੇ। ਦੂਸਰਾ ਹਮਾਰਾ ਸਪੈਸ਼ਲ ਫੋਕਸ ਹੈ ਟਾਰਗੇਟ ਹਾਰਡਨਿੰਗ ਪੇ, ਜੋ ਥਰੈਟਨ ਪਰਸਨਸ ਹੈ ਉਨਕੀ ਸਿਕਿਉਰਿਟੀ ਕਾ ਜੋ ਖਾਸ ਤੌਰ ਪੇ ਜੋ ਅਰੇਂਜਮੈਂਟਸ ਕੀਏ ਗਏ ਉਸਮੇ। ਇਸਕੇ ਇਲਾਵਾ ਵਲਨਰੇਬਲ ਪਲੇਸਿਸ ਜਿਸਮੇ ਰਿਲੀਜੀਅਸ ਪਲੇਸਿਸ ਹੈ, ਮਾਰਕੀਟਸ ਹੈ, ਉਨਕੀ ਸਿਕਿਉਰਿਟੀ, ਕੋਰਡਨ ਐਂਡ ਸਰਚ ਓਪਰੇਸ਼ਨਸ ਰੇਲਵੇ ਸਟੇਸ਼ਨਸ ਪੇ, ਬੱਸ ਸਟੈਂਡਸ ਪੇ, ਗੌਰਮੈਂਟ ਬਿਲਡਿੰਗਸ ਕੀ ਵਾਈਟਲ ਇੰਸਟਾਲੇਸ਼ਨਸ ਕੀ ਰੈਗੂਲਰ ਚੈਕਿੰਗ, ਉਨਕੀ ਸਿਕਿਉਰਿਟੀ ਹਾਰਡਨਿੰਗ ਉਨ ਪਲੇਸਿਸ ਪੀ ਲਗਾਤਾਰ ਜੋ ਉਨ ਪਲੇਸਿਸ ਕੀ ਸਿਕਿਉਰਿਟੀ ਚੈਕਿੰਗ, ਐਂਟੀ ਸੈਬੋਟਾਜ ਚੈਕਿੰਗ ਵਲਨਰੇਬਲ ਪਲੇਸਿਸ ਪੇ, ਹੋਟਲ ਜੋ ਸਰਾਏ ਹੈ ਉਨਕੀ ਚੈਕਿੰਗ, ਔਰ ਸਬਸੇ ਜ਼ਿਆਦਾ ਜੋ ਹਮਨੇ ਇਸਮੇ ਫੋਕਸ ਇਸਕੇ ਇਲਾਵਾ ਜੋ ਕੀਆ ਹੈ ਵੋ ਸੈਕਿੰਡ ਲਾਈਨ ਆਫ ਡਿਫੈਂਸ ਜੋ ਹੈ, ਜੋ ਹਮਾਰਾ ਇੰਟਰਨੈਸ਼ਨਲ ਬਾਰਡਰ ਹੈ ਉਸਕੇ ਸਾਥ ਹਮਾਰਾ ਕਰੀਬ 553 ਕਿਲੋਮੀਟਰਸ ਕਾ ਪੰਜਾਬ ਕਾ ਬਾਰਡਰ ਹੈ ਜੋ ਇੰਟਰਨੈਸ਼ਨਲ ਬਾਰਡਰ ਹੈ। ਤੋ ਵਹਾਂ ਪੇ ਸੈਕਿੰਡ ਲਾਈਨ ਆਫ ਡਿਫੈਂਸ ਕੀ ਰੈਗੂਲਰ ਚੈਕਿੰਗ ਔਰ ਸਟਰੈਂਥਨਿੰਗ ਵੋ ਹਮਾਰੀ ਚੱਲ ਰਹੀ ਹੈ, ਜੋ ਕ੍ਰਿਮੀਨਲਸ ਹੈ ਉਨਕੇ ਹਾਈਡ ਆਊਟਸ ਕੀ ਲਿਸਟ ਜੋ ਹਮਨੇ ਪ੍ਰਿਪੇਅਰ ਕੀ ਹੈ ਉਨਪੇ ਲਗਾਤਾਰ ਹਮ ਚੈਕਿੰਗ ਕਰਵਾ ਰਹੇ ਹੈਂ, ਔਰ ਵਹੀਕਲਸ ਕੀ ਸਰਪ੍ਰਾਈਜ਼ ਚੈਕਿੰਗ ਔਰ ਨਾਈਟ ਡੋਮੀਨੇਸ਼ਨ ਐਕਸਰਸਾਈਜ਼। ਤੋ ਹਮਾਰੀ ਤਰਫ ਸੇ ਜਿਤਨੇ ਵੀ ਥਰੈਟ ਇਨਪੁੱਟਸ ਹੈ, ਇੰਟੈਲੀਜੈਂਸ ਇਨਪੁੱਟਸ ਹੈ, ਉਹ ਸਭਕੇ ਮੱਦੇਨਜ਼ਰ ਹਮਨੇ ਬਹੁਤ ਸਟ੍ਰਿਕਟ ਬੜੇ ਪੁਖਤਾ ਜੋ ਸਿਕਿਉਰਿਟੀ ਅਰੇਂਜਮੈਂਟਸ ਹੈ ਪੂਰੇ ਪੰਜਾਬ ਮੇਂ ਕੀਏ 26 January। ਨਹੀਂ ਵੋ ਇਨਪੁੱਟਸ ਹੈ ਵੋ ਹਮ ਸ਼ੇਅਰ ਨਹੀਂ ਕਰ ਸਕਤੇ, ਬਟ ਹਮਨੇ ਜਬ ਸਿਕਿਉਰਿਟੀ ਅਰੇਂਜਮੈਂਟਸ ਹਮਨੇ ਜਬ ਚੌਕ ਆਊਟ ਕੀਏ ਹੈ ਤੋ ਹਮਨੇ ਸਾਰੇ ਇਨਪੁੱਟਸ ਜਿਤਨੇ ਥਰੈਟਸ